ਹੈਲੋ ਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗੋ ਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਅਤੇ ਮੇਰੇ ਵੀਰਾਂ ਦਾ ਸਵਾਗਤ ਆ। ਅੱਜ ਆਪਾਂ ਲੈ ਕੇ ਆਏ ਹਾਂ ਮੱਕੀ ਦੇ ਮੁਰਮਰੇ ਬਣਾਉਣ ਦਾ ਤਰੀਕਾ। ਘਰ ਵਿੱਚ ਜਿਹੜੇ ਆਪਾਂ ਮੱਕੀ ਦੇ ਮੁਰਮਰੇ ਬਣਾਉਣੇ ਆ ਅਤੇ ਕਿਵੇਂ ਬਣਾਉਣੇ ਆ ਇਹ ਤੁਹਾਨੂੰ ਦਿਖਾਵਾਂਗੇ। ਇਹ ਬਹੁਤ ਹੀ ਵਧੀਆ, ਬਹੁਤ ਹੀ ਸਵਾਦਿਸ਼ਟ ਹੁੰਦੇ ਆ, ਨਮਕੀਨ ਬਣਾਏ ਜਾਂਦੇ ਆ ਇਹ। ਅਤੇ ਇਹਨਾਂ ਨੂੰ ਜਿਹੜਾ ਹੈ ਆਪਾਂ ਲੰਬੇ ਸਮੇਂ ਤੱਕ ਘਰ ਸਟੋਰ ਕਰਕੇ ਰੱਖ ਸਕਦੇ ਹਾਂ। ਜਦੋਂ ਵੀ ਆਪਣਾ ਦਿਲ ਕਰਦਾ ਹੈ ਆਪਾਂ ਖਾ ਸਕਦੇ ਹਾਂ, ਇਹਨਾਂ ਨੂੰ ਤਲ ਵੀ ਸਕਦੇ ਹਾਂ ਤੇਲ ਘਿਓ ਦੇ ਵਿੱਚ, ਜਾਂ ਆਪਾਂ ਇਹਨਾਂ ਨੂੰ ਲੂਣ ਦੇ ਵਿੱਚ ਜਿਹੜਾ ਹੈ ਆਪਾਂ ਇਹਨੂੰ ਭੁੰਨ ਵੀ ਸਕਦੇ ਹਾਂ ਕਿਸੇ ਵੀ ਤਰੀਕੇ ਦੇ ਨਾਲ। ਅਤੇ ਇਹ ਤੁਹਾਨੂੰ ਮੈਂ ਦਿਖਾਉਂਦੀ ਹਾਂ ਕਿ ਕਿਵੇਂ ਬਣਾਉਣੇ ਆਪਾਂ। ਇਹ 2 ਕਿਲੋ ਮੱਕੀ ਲਈ ਆ। 2 ਕਿਲੋ ਮੱਕੀ ਲੈ ਕੇ ਅਤੇ ਉਸ ਨੂੰ ਜਿਹੜਾ ਆਪਾਂ ਪਾਣੀ ਦੇ ਨਾਲ ਆ ਵਾਸ਼ ਕਰ ਲਿਆ। ਪਾਣੀ ਦੇ ਨਾਲ ਇੱਕ ਤਾਂ ਇਹ ਸਾਫ਼ ਹੋ ਜੂਗੀ, ਧੋ ਕੇ ਜੋ ਵੀ ਇਹਦੇ 'ਤੇ ਧੂੜ ਮਿੱਟੀ ਆ, ਕੋਈ ਗੰਦਗੀ ਵਗੈਰਾ, ਜਾਂ ਇਹਦੇ ਉੱਪਰ ਵਿੱਚ ਕਈ ਵਾਰੀ ਕੋਈ ਜੀ ਹੁੰਦੇ ਆ ਉਹ ਵੀ ਨਿਕਲ ਜਾਣਗੇ, ਸੁਸਰੀ ਕਹਿ ਦੇਈਦਾ, ਢੋਰਾ ਕਹਿ ਦੇਈਦਾ, ਉਹ ਵੀ ਨਿਕਲ ਜੂ। ਅਤੇ ਜਿਹੜਾ ਇਹਦੇ ਉੱਪਰ ਫਾਲਤੂ ਕਚਰਾ ਹੁੰਦਾ ਅਤੇ ਉਹ ਵੀ ਜਿਹੜਾ ਪਾਣੀ ਦੇ ਨਾਲ ਨਿਤਾਰ ਕੇ ਇਹਦੇ 'ਚੋਂ ਕੱਢ ਦੇਵਾਂਗੇ। ਅਤੇ ਇਸ ਨੂੰ ਆਪਾਂ 2 ਪਾਣੀਆਂ ਦੇ ਨਾਲ ਜਿਹੜਾ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ, ਅਤੇ ਮੱਕੀ ਆ ਜਿਹੜੀ ਧੋ ਕੇ ਸਾਫ਼ ਕਰ ਲਾਂਗੇ। ਇਹ 2 ਕਿਲੋ ਮੱਕੀ ਲਈ ਆ। ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਜਿਹੜਾ ਸਾਫ਼ ਕਰ ਲਿਆ, ਦੇਖੋ ਸਾਫ਼ ਹੋ ਗਈ ਆ। ਇਸ ਨੂੰ ਆਪਾਂ 1 ਰਾਤ ਤੱਕ ਜਿਹੜੀ ਭਿਉਂ ਕੇ ਰੱਖਣੀ ਆ ਮੱਕੀ ਨੂੰ, 1 ਰਾਤ ਜਾਂ 2 ਰਾਤਾਂ। ਜੇਕਰ 2 ਰਾਤਾਂ ਰੱਖੀਆਂ ਜਾਣ ਤਾਂ ਜ਼ਿਆਦਾ ਵਧੀਆ, ਅਤੇ ਪਰ ਆਪਾਂ ਜਿਹੜਾ ਇਹਨੂੰ 1 ਰਾਤ ਲਈ ਜਿਹੜਾ ਇਹਨੂੰ ਭਿਉਂ ਕੇ ਰੱਖਾਂਗੇ ਤਾਂ ਕਿ ਜਿਹੜੀ ਇਹ ਹਲਕਾ ਜਿਹਾ ਸੋਫਟ ਹੋ ਜਾਵੇ, ਨਰਮ ਹੋ ਜਾਵੇ ਭਿੱਜ ਕੇ। ਲਓ ਜੀ, 1 ਰਾਤ ਤੋਂ ਬਾਅਦ ਇਹ ਜ਼ਿਆਦਾ ਤਾਂ ਨਹੀਂ ਸੋਫਟ ਹੋਏਗੀ, ਚਲੋ ਕੋਈ ਗੱਲ ਨਹੀਂ। ਅਤੇ ਆਪਾਂ ਇਹਨੂੰ ਇੱਕ ਪਤੀਲੇ ਦੇ ਵਿੱਚ ਪਾਣੀ ਪਾ ਲਿਆ ਗਰਮ ਹੋਣ ਦੇ ਲਈ, ਅਤੇ ਇਹਦੇ ਵਿੱਚ ਜਿਹੜਾ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲਣਾ ਹੈ। ਉਬਾਲਣਾ ਵੀ ਇਹਨੂੰ ਕਿੰਨਾ ਹੈ, 2-3 ਘੰਟੇ ਤੱਕ ਪੂਰੀ ਇਹਦੇ ਹੇਠਾਂ ਜਿਹੜੀ ਅੱਗ ਮਚਾਉਣੀ ਆ, ਫੁੱਲ ਅੱਗ ਮਚਾ ਕੇ ਇਸ ਨੂੰ ਜਿਹੜਾ 2 ਘੰਟੇ ਤੱਕ, ਜਿਹੜਾ 2 ਤੋਂ 2.5-3 ਵੀ ਲੱਗ ਸਕਦੇ, ਉਹ ਤਾਂ ਬਾਅਦ ਵਿੱਚ ਦੇਖਾਂਗੇ ਕਿੰਨਾ ਟਾਈਮ ਲੱਗਿਆ ਇਹਦੇ 'ਤੇ ਬਣਨ 'ਤੇ। ਅਤੇ ਇਹਦੇ ਵਿੱਚ 2-3 ਚਮਚਾ ਜਿਹੜੇ ਲੂਣ ਦੇ ਪਾਤੇ ਆ ਤਾਂ ਕਿ ਜਿਹੜਾ ਇਹ ਨਮਕੀਨ ਹੋ ਜਾਣ ਮੁਰਮਰੇ। ਆ ਮੈਂ 1-1.5 ਘੰਟੇ ਤੱਕ ਦੇਖਣ ਲੱਗੀ ਹਾਂ, ਹਲੇ ਤਾਂ ਪੂਰੀ ਤਰ੍ਹਾਂ ਇਹ ਜਿਹੜੀ ਮੱਕੀ ਆ ਰਿੱਝੀ ਨਹੀਂ। ਇਹਨੂੰ ਓਨੀ ਦੇਰ ਆਪਾਂ ਜਿਹੜਾ ਬਾਲਣਾ ਹੈ, ਪਕਾਉਣਾ ਹੈ ਓਨੀ ਦੇਰ ਜਿੰਨੀ ਦੇਰ ਇਹ ਪੂਰੀ ਤਰ੍ਹਾਂ ਪਾਟ ਨਹੀਂ ਜਾਂਦੀ। ਇਹ ਪਾਟ ਕੇ ਪੋਲੀ ਸੋਫਟ ਹੋ ਜਾਂਦੀ ਹੈ, ਬਿਲਕੁਲ ਪਾਟ ਜਾਂਦੀ ਆ ਇਹ। ਮੈਂ ਤੁਹਾਨੂੰ ਦਿਖਾਉਂਦੀ ਆ, ਦੇਖੋ ਪਾਣੀ ਸੁੱਕ ਗਿਆ ਅਤੇ ਇਸ ਨੂੰ ਜਿਹੜਾ 3 ਘੰਟੇ ਦੇ ਤਕਰੀਬਨ ਜਿਹੜਾ ਇਹਨੂੰ ਪਕਾਇਆ। ਆ ਦੇਖੋ, ਆ ਦੇਖੋ ਮੱਕੀ ਪਾਟ ਗਈ ਆ ਪੂਰੀ ਤਰ੍ਹਾਂ, ਜਿਹੜੀ ਇਹ ਮੱਕੀ ਪੱਕ ਚੁੱਕੀ ਆ। ਅਤੇ ਇਸ ਨੂੰ ਆਪਾਂ ਜਿਹੜਾ ਇੱਦਾਂ ਵੀ ਖਾ ਸਕਦੇ ਹਾਂ। ਅਤੇ ਹੁਣ ਆਪਾਂ ਇਹਨੂੰ ਕੱਢਦੇ ਹਾਂ ਬਾਹਰ, ਪਾਣੀ 'ਚੋਂ ਬਾਹਰ ਕੱਢਾਂਗੇ। ਇਹ ਬਹੁਤ ਹੀ ਵਧੀਆ ਬਣ ਜਾਂਦੀ ਹੈ। ਇਹਨੂੰ ਜਿਹੜਾ ਆਪਾਂ ਲੰਬੇ ਸਮੇਂ ਤੱਕ ਘਰ ਹੀ ਜਿਹੜਾ ਸਟੋਰ ਕਰਕੇ ਰੱਖ ਸਕਦੇ ਹਾਂ, ਸੁਕਾ ਕੇ ਇਹਨੂੰ ਧੁੱਪਾਂ ਦੇ ਵਿੱਚ 2-3 ਧੁੱਪਾਂ ਲਗਾ ਕੇ ਬਿਲਕੁਲ ਇਹਨੂੰ ਸੁਕਾਇਆ ਜਾਂਦਾ ਵਧੀਆ। ਅਤੇ ਜਦੋਂ ਵੀ ਆਪਣਾ ਮਨ ਕਰਦਾ ਹੈ, ਕੁਛ ਨਾ ਕੁਛ ਛੋਟੀ ਛੋਟੀ ਭੁੱਖ ਲੱਗਦੀ ਆ ਅਤੇ ਕੁਛ ਨਾ ਕੁਛ ਖਾਣ ਨੂੰ ਦਿਲ ਕਰਦਾ, ਅਤੇ ਇਸ ਨੂੰ ਅਤੇ ਕੋਈ ਵੀ ਤੇਲ ਲੈ ਲਓ, ਰਿਫਾਇੰਡ ਲੈ ਲਓ, ਘਿਓ ਲੈ ਲਓ, ਉਹਦੇ ਵਿੱਚ ਆਪਾਂ ਇਹਨੂੰ ਤਲ ਸਕਦੇ ਹਾਂ। ਅਤੇ ਜੇਕਰ ਆਪਾਂ ਇਹਨੂੰ ਕੁਛ ਹੋਰ ਵੀ ਅਲੱਗ ਤੋਂ ਇਹਦੇ ਵਿੱਚ ਕੁਛ ਮਿਕਸ ਕਰਨਾ ਚਾਹੁੰਦੇ ਹਾਂ, ਪਕੌੜੀਆਂ,
ਛੋਲੇ ਭੁੱਜੇ ਹੋਏ ਜਾਂ ਫੁੱਲੀਆਂ, ਇਸ ਤਰ੍ਹਾਂ ਆਪਾਂ ਯਾਨੀ ਕਿ ਇਹਨੂੰ ਮਿਕਸਚਰ ਬਣਾ ਕੇ ਖਾ ਸਕਦੇ ਹਾਂ। ਆਹ ਦੇਖੋ ਇਹ ਪੂਰੀ ਤਰ੍ਹਾਂ ਜਿਹੜੀ ਮੱਕੀ ਆ ਪਾਟ ਗਈ ਆ, ਪੂਰੀ ਤਰ੍ਹਾਂ ਇਹ ਜਿਹੜੀ ਪੱਕ ਗਈ ਆ। ਹੁਣ ਆਪਾਂ ਇਹਦੇ ਵਿੱਚੋਂ ਪਾਣੀ ਕੱਢ ਲਿਆ ਵਾ। ਪਾਣੀ ਕੱਢਣ ਤੋਂ ਬਾਅਦ ਫਿਰ ਆਪਾਂ ਇਹਨੂੰ ਇੱਕ ਮੰਜੇ 'ਤੇ ਕੱਪੜਾ ਵਿਛਾ ਲਿਆ ਧੁੱਪੇ, ਅਤੇ ਉਹਦੇ ਉੱਪਰ ਆ ਜਿਹੜਾ ਇਹਨੂੰ ਪਤਲਾ ਪਤਲਾ ਕਰਕੇ ਜਿਹੜਾ ਸਾਰੇ ਮੰਜੇ 'ਤੇ ਖਿਲਾਰ ਦੇਵਾਂਗੇ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਧੁੱਪ ਹਵਾ ਲੱਗ ਜਾਵੇ ਅਤੇ ਇਹ ਜਿਹੜੀ ਇੱਕ ਦੋ ਧੁੱਪਾਂ ਦੇ ਨਾਲ ਵਧੀਆ ਸੁੱਕ ਕੇ ਤਿਆਰ ਹੋ ਜੇ। ਇਹਨੂੰ ਜਿਸ ਤਰ੍ਹਾਂ ਹੁਣ ਇਸ ਟਾਈਮ ਪੱਕੇ ਹੋਏ ਆ, ਹੈ ਤਾਂ ਹਲਕੇ ਜਿਹੇ ਗਰਮ, ਅਤੇ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਵੀ ਬਹੁਤ ਹੀ ਸਵਾਦ ਲੱਗਦੇ ਆ। ਜਿਵੇਂ ਇਹਨੂੰ ਹੁਣ ਖਾਣਾ ਇਹਨੂੰ ਇਸ ਤਰ੍ਹਾਂ ਵੀ ਆਪਾਂ ਖਾ ਸਕਦੇ ਹਾਂ, ਚਾਟ ਵਗੈਰਾ ਚਟਪਟਾ ਮੱਕੀ ਨੂੰ ਬਣਾ ਕੇ ਖਾ ਸਕਦੇ ਹਾਂ। ਮੈਂ ਤੁਹਾਨੂੰ ਦਿਖਾਉਣੀ ਆ, ਬੱਚੇ ਖਾਂਦੇ ਆ ਵਿੱਚੋਂ ਕੱਢ ਕੇ ਖਾਈ ਵੀ ਜਾਂਦੇ ਆ। ਦਿਖਾਉਣੇ ਆ ਜਿਹੜਾ ਆਪਾਂ ਇਹਨੂੰ ਚਟਪਟਾ ਜਿਹੜਾ ਹੁਣ ਵੀ ਇਸ ਟਾਈਮ ਉਬਲੀ ਹੋਈ ਮੱਕੀ ਨੂੰ ਕਿਵੇਂ ਖਾਣਾ ਹੈ। ਹੁਣ ਤਾਂ ਚਲੋ ਹਾਲਾਤ ਹੀ ਇੱਦਾਂ ਦੇ ਆ, ਪਰ ਜਦੋਂ ਪਰਮਾਤਮਾ ਹਾਲਾਤ ਠੀਕ ਕਰਨਗੇ ਤੁਸੀਂ ਵੀ ਇਸ ਤਰ੍ਹਾਂ ਟਰਾਈ ਜ਼ਰੂਰ ਕਰਿਆ ਜੋ। ਜਿਵੇਂ ਤੁਸੀਂ ਚਲੋ ਅਸੀਂ ਤਾਂ 2 ਕਿਲੋ ਮੱਕੀ ਲਈ ਹੈ, ਤੁਸੀਂ ਥੋੜ੍ਹੀ ਲੈ ਲਓ ਅਤੇ ਉਸਨੂੰ ਜਿਹੜਾ ਇੱਕ ਰਾਤ ਲਈ ਭਿਉਂ ਦਿਓ। ਭਿਉਣ ਤੋਂ ਬਾਅਦ ਉਹਨੂੰ ਕੂਕਰ ਦੇ ਵਿੱਚ ਆ ਜਿਹੜੀਆਂ ਸੀਟੀਆਂ ਲਵਾ ਲਓ ਚੰਗੀ ਤਰ੍ਹਾਂ। ਆ ਲਓ ਮੈਂ ਤੁਹਾਨੂੰ ਚਟਪਟੀ ਜਿਹੜੀ ਮੱਕੀ ਆ ਇਹ ਦਿਖਾਉਣੀ ਆ। ਇੱਕ ਕੌਲੀ ਜਿਹੜੀ ਆਪਾਂ ਮੱਕੀ ਦੀ ਉਬਲੀ ਹੋਈ ਦੀ ਲੈ ਲਈ ਆ, ਅਤੇ ਉਹਦੇ ਵਿੱਚ ਥੋੜ੍ਹੀਆਂ ਜਿਹੀਆਂ ਫੁੱਲੀਆਂ ਪਾ ਲੀਆਂ, ਨਿੰਬੂ ਪਾ ਲਿਆ, ਅਤੇ ਇਹਦੇ 'ਤੇ ਆਪਾਂ ਲੂਣ ਮਿਰਚ ਪਾ ਸਕਦੇ ਹਾਂ। ਬਾਕੀ ਆਪਾਂ ਇਹਦੇ ਲਈ ਟੇਸਟ ਵਧਾਉਣ ਵਾਸਤੇ ਕੁਛ ਵੀ ਕਰ ਸਕਦੇ ਹਾਂ, ਟਮਾਟਰ, ਪਿਆਜ਼, ਹਰੀ ਮਿਰਚ ਅਤੇ ਲਾਲ ਮਿਰਚ, ਕਾਲਾ ਨਮਕ, ਚਾਟ ਮਸਾਲਾ, ਕੁਛ ਵੀ ਇਹਦੇ 'ਤੇ ਟੇਸਟ ਵਧਾਉਣ ਦੇ ਲਈ, ਇਸ ਨੂੰ ਖਾਣ ਦੇ ਲਈ ਉਬਲੀ ਹੋਈ ਮੱਕੀ ਨੂੰ ਆਪਾਂ ਸਵੀਟ ਬਣਾਉਣ ਵਾਸਤੇ ਜਾਂ ਚਟਪਟੀ ਬਣਾਉਣ ਵਾਸਤੇ ਜਿਸ ਤਰ੍ਹਾਂ ਦਾ ਵੀ ਆਪਾਂ ਨੂੰ ਵਧੀਆ ਲੱਗਦਾ ਉਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਬਣਾ ਕੇ ਖਾ ਸਕਦੇ ਹਾਂ। ਇਹਦੇ ਵਿੱਚ ਨਮਕੀਨ ਪਕੌੜੀਆਂ ਵੀ ਪਾ ਸਕਦੇ ਹਾਂ, ਜਿਹਨੂੰ ਪੋਏ ਕਿਹਾ ਜਾਂਦਾ, ਸਿਓ ਕਿਹਾ ਜਾਂਦਾ, ਪੋਏ ਨਹੀਂ ਸੱਚ ਸਿਓ ਕਿਹਾ ਜਾਂਦਾ, ਅਤੇ ਅਸੀਂ ਤਾਂ ਉਹਨੂੰ ਨਮਕੀਨ ਪਕੌੜੀਆਂ ਹੀ ਕਹਿੰਦੇ ਹਾਂ, ਜਿਹੜੀਆਂ ਬਰੀਕ ਪਕੌੜੀਆਂ ਹੁੰਦੀਆਂ। ਆ ਦੇਖੋ ਇਹ ਬਹੁਤ ਹੀ ਟੇਸਟੀ ਆ, ਬਹੁਤ ਹੀ ਲਾਜਵਾਬ ਆ, ਬਹੁਤ ਹੀ ਵਧੀਆ ਬਣਦੇ ਆ ਖਾਣ ਦੇ ਲਈ। ਅਤੇ ਇੱਧਰ ਆਪਾਂ ਜਿਹੜੀ ਮੱਕੀ ਆ ਬਿਲਕੁਲ ਮੰਜੇ 'ਤੇ ਪਤਲੀ ਪਤਲੀ ਕਰਕੇ ਖਿਲਾਰਤੀ ਆ, ਅਤੇ ਇਸ ਨੂੰ 2 ਧੁੱਪਾਂ ਦੇ ਵਿੱਚ ਇਹਨੂੰ ਸੁਕਾਵਾਂਗੇ। 2 ਧੁੱਪਾਂ ਤੋਂ ਬਾਅਦ, ਸੁਕਾਉਣ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਵੀ ਇਹ ਕਿਸ ਤਰ੍ਹਾਂ ਜਿਹੜੀ ਤਿਆਰ ਹੋਈ ਆ। ਆਹ ਦੇਖੋ 2 ਦਿਨ ਆਪਾਂ ਇਹਨੂੰ ਧੁੱਪ ਲਵਾਈ ਆ, ਅਤੇ ਇਸ ਦੀ ਤੁਸੀਂ ਆਵਾਜ਼ ਸੁਣੋ। ਆਹ ਦੇਖੋ ਸੁੱਕ ਕੇ ਬਿਲਕੁਲ ਇੱਕ ਬਜਰੀ ਦੀ ਤਰ੍ਹਾਂ ਬਣ ਗਈ ਆ ਇਹ, ਅਤੇ ਇਸ ਨੂੰ ਆਪਾਂ ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ। ਜਦੋਂ ਵੀ ਆਪਣਾ ਦਿਲ ਕਰਦਾ ਇਹਨੂੰ ਘਿਓ ਦੇ ਵਿੱਚ ਤਲ ਵੀ ਸਕਦੇ ਹਾਂ। ਮੈਂ ਤੁਹਾਨੂੰ ਘਿਓ ਦੇ ਵਿੱਚ ਰਿਫਾਇੰਡ ਓਇਲ ਦੇ ਵਿੱਚ ਜਿਹੜਾ ਤਲ ਕੇ ਵੀ ਦਿਖਾਉਂਗੀ ਅਤੇ ਕਿਵੇਂ ਆਪਾਂ ਇਹਨਾਂ ਨੂੰ ਖਾਣਾ ਹੈ, ਇਸ ਦਾ ਜਿਹੜਾ ਆਪਾਂ ਟੇਸਟ ਵਧਾਉਣਾ। ਇੱਧਰ ਮੇਰਾ ਜਿਹੜਾ ਓਇਲ ਆ ਗਰਮ ਕੀਤਾ ਹੋਇਆ ਕੜਾਹੀ ਦੇ ਵਿੱਚ, ਅਤੇ ਮੈਂ 1 ਕੌਲੀ ਜਿਹੜੀ ਆ ਸੁੱਕੀ ਹੋਈ ਮੱਕੀ ਦੀ ਲੈ ਆਈ ਹਾਂ, ਅਤੇ ਇਹਨੂੰ ਆਪਾਂ ਫਰਾਈ ਕਰਾਂਗੇ। ਇਹਨੂੰ ਲੂਣ ਦੇ ਵਿੱਚ ਵੀ ਭੁੰਨ ਸਕਦੇ ਹਾਂ, ਜੇਕਰ ਤੁਸੀਂ ਇਹਨੂੰ ਫਰਾਈ ਨਹੀਂ ਕਰਨਾ ਚਾਹੁੰਦੇ ਘਿਓ ਤੇਲ ਦੇ ਵਿੱਚ ਤਾਂ ਇਹਨੂੰ ਲੂਣ ਦੇ ਵਿੱਚ ਭੁੰਨ ਲਓ। ਬਹੁਤ ਹੀ ਕ੍ਰਿਸਪੀ ਬਣਦੀ ਆ ਕਰਾਰੀ ਸਲੂਣੀ ਜੀ, ਬਹੁਤ ਟੇਸਟੀ ਲੱਗਦੀ ਆ, ਬਹੁਤ ਵਧੀਆ, ਬਹੁਤ ਸਵਾਦ ਲੱਗਦੀ ਆ। ਕਈ ਵਾਰੀ ਆਪਣਾ ਕੁਛ ਨਾ ਕੁਛ ਦੁਪਹਿਰੇ ਜੇ ਮਨ ਕਰਿਆ ਹੁੰਦਾ ਕੁਛ ਚਾਹ ਦੇ ਨਾਲ, ਜਾਂ ਸ਼ਾਮ ਨੂੰ ਜਾਂ ਜਦੋਂ ਵੀ ਕੁਛ ਬੱਚੇ ਮੰਗਦੇ ਆ ਜਾਂ ਕੋਈ ਵੀ ਫੈਮਿਲੀ ਮੈਂਬਰ ਮੰਗਦੇ ਆ, ਅਤੇ ਆਪਾਂ ਜਿਹੜਾ ਇਹਨੂੰ ਫਟਾਫਟ ਜਾਂ ਤਾਂ ਇਹਨੂੰ ਫਰਾਈ ਕਰ ਲਓ ਤੇਲ ਘਿਓ ਦੇ ਵਿੱਚ, ਜਾਂ ਫਿਰ ਲੂਣ ਦੇ ਵਿੱਚ ਜਿਹੜੇ ਇਹਨੂੰ ਭੁੰਨ ਲਓ, ਅਤੇ ਬਹੁਤ ਹੀ ਜਿਹੜਾ ਇਹ ਸਵਾਦ ਬਣ ਜਾਂਦੀ ਆ। ਅਤੇ ਇਹਦੇ ਵਿੱਚ ਮਿਕਸ ਕੁਛ ਵੀ ਨਾਲ ਅਲੱਗ ਤੋਂ ਕਰ ਲਓ, ਛੋਲੇ ਭੁੱਜੇ ਕਰ ਲਓ,
ਨਮਕੀਨ ਪਕੌੜੀਆਂ ਪਾ ਲਓ, ਫੁੱਲੀਆਂ ਪਾ ਲਓ, ਜੋ ਵੀ ਆਪਾਂ ਨੂੰ ਪਸੰਦ ਆ, ਜੋ ਵੀ ਆਪਾਂ ਨੂੰ ਵਧੀਆ ਲੱਗਦਾ ਚੰਗਾ ਲੱਗਦਾ ਉਹ ਇਹਦੇ ਵਿੱਚ ਆਪਾਂ ਹੋਰ ਵੀ ਮਿਕਸ ਕਰਕੇ ਇਸ ਦਾ ਜਿਹੜਾ ਮਿਕਸਚਰ ਬਣਾ ਸਕਦੇ ਹਾਂ। ਆ ਦੇਖੋ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਖਾ ਸਕਦੇ ਹਾਂ। ਤੁਸੀਂ ਮੱਕੀ ਲਓ, ਮੱਕੀ ਨੂੰ ਰਾਤ ਜਿੰਨੀ ਵੀ ਮੱਕੀ ਲੈਣੀ ਆ, ਕਿਲੋ ਅੱਧਾ ਕਿਲੋ ਜਿੰਨੀ ਵੀ ਲੈਣੀ ਆ, ਉਸਨੂੰ ਰਾਤ ਤੱਕ ਭਿਉਂ ਦਿਓ। ਭਿਉਣ ਤੋਂ ਬਾਅਦ ਉਸਨੂੰ ਕੁੱਕਰ ਦੇ ਵਿੱਚ ਪਾਣੀ ਪਾ ਕੇ, ਲੂਣ ਪਾ ਕੇ, ਅਤੇ ਉਸ ਦੀਆਂ ਜਿਹੜੀਆਂ 5-7 ਜਾਂ 10 ਜਿੰਨੀਆਂ ਵੀ ਤੁਹਾਨੂੰ ਪਤਾ ਲੱਗੇ ਵੀ ਹੁਣ ਆਪਣੀ ਮੱਕੀ ਬਣ ਕੇ ਤਿਆਰ ਆ, ਫਟ ਗਈ ਆ, ਉਹ ਉਨੀ ਦੇਰ ਉਹਦੇ ਵਿੱਚ ਸੀਟੀਆਂ ਵਜਾ ਲਓ। ਸੀਟੀਆਂ ਲਗਾਉਣ ਤੋਂ ਬਾਅਦ ਜਾਣੀ ਇਹ ਈਜ਼ੀ ਸੌਖਾ ਤਰੀਕਾ ਦੱਸਿਆ ਹੈ ਜੇ ਤੁਸੀਂ ਜ਼ਿਆਦਾ ਕੰਮ ਨਹੀਂ ਕਰਨਾ ਚਾਹੁੰਦੇ। ਆ ਦੇਖੋ ਜਿਵੇਂ ਤੁਸੀਂ ਜੇ ਜ਼ਿਆਦਾ ਨਹੀਂ ਕਰਨਾ, ਥੋੜ੍ਹਾ ਤੁਸੀਂ ਟਰਾਈ ਕਰਕੇ ਦੇਖਣਾ, ਥੋੜ੍ਹੀ ਜਿਹੀ ਮੱਕੀ ਲੈ ਕੇ ਉਸਨੂੰ ਭਿਉਂ ਕੇ, ਭਿਉਣ ਤੋਂ ਬਾਅਦ ਤਾਂ ਕੁੱਕਰ ਦੇ ਵਿੱਚ ਜਿਹੜੀਆਂ ਸੀਟੀਆਂ ਲਗਾ ਦਿਓ। ਆ ਦੇਖੋ ਮੈਂ ਇਹਨਾਂ ਨੂੰ ਫਰਾਈ ਕਰ ਲਿਆ, ਹੁਣ ਆਪਾਂ ਇਹਦੇ ਉੱਪਰ ਵਿੱਚ ਪਾਵਾਂਗੇ ਫੁੱਲੀਆਂ। ਮੇਰੇ ਕੋਲ ਇੰਨਾ ਕੀ ਸਮਾਨ ਸੀ ਪਹਿਲਾਂ ਅੱਗੇ ਸਾਡਾ ਬਣਿਆ ਹੋਇਆ ਸੀਗਾ, ਉਹਦੇ ਵਿੱਚ ਭੁੱਜੇ ਹੋਏ ਛੋਲੇ, ਪਕੌੜੀਆਂ ਲੂਣ ਵਾਲੀਆਂ ਜਿਨ੍ਹਾਂ ਨੂੰ ਸਿਓ ਕਿਹਾ ਜਾਂਦਾ, ਅਤੇ ਬਾਕੀ ਜੇ ਕੁਛ ਹੋਰ ਵੀ ਪਾਉਣਾ ਚਾਹੁੰਦੇ ਹਾਂ ਜੋ ਵੀ ਆਪਾਂ ਨੂੰ ਚੰਗਾ ਲੱਗਦਾ, ਦਾਲ ਵਗੈਰਾ ਕੁਛ ਵੀ, ਅਤੇ ਇਹਦੇ 'ਤੇ ਆਪਾਂ ਪਾਵਾਂਗੇ ਕਾਲਾ ਲੂਣ, ਕਾਲੀ ਮਿਰਚ, ਜੋ ਵੀ ਇਹਦੇ 'ਤੇ ਤੁਸੀਂ ਖਾਣਾ ਪਸੰਦ ਕਰਦੇ ਹਾਂ, ਚਾਟ ਮਸਾਲਾ, ਆਮਚੂਰ ਪਾਊਡਰ, ਕੁਛ ਵੀ ਪਾਓ ਟੇਸਟ ਵਧਾਉਣ ਦੇ ਲਈ, ਉਹ ਤਾਂ ਆਪਣੀ ਆਪਣੀ ਮਰਜ਼ੀ ਆ, ਜਿੰਨਾ ਟੇਸਟ ਵਧਾ ਲਉਂਗੇ ਉਨਾ ਜ਼ਿਆਦਾ ਵਧੀਆ ਲੱਗੂਗਾ। ਜੇਕਰ ਤੁਸੀਂ ਦੂਸਰੋਂ ਖਾਣੀ ਆ, ਜਿਵੇਂ ਮੈਂ ਤੁਹਾਨੂੰ ਪਿੱਛੇ ਦਿਖਾ ਹਟੀ ਹਾਂ ਉਬਲੀ ਹੋਈ ਮੱਕੀ ਨੂੰ ਚਟਪਟੀ ਕਰਨਾ, ਉਹਦੇ ਵਿੱਚ ਪਿਆਜ਼, ਟਮਾਟਰ, ਹਰੀ ਮਿਰਚ, ਚਾਟ ਮਸਾਲਾ, ਆਮਚੂਰ ਪਾਊਡਰ ਕੁਛ ਵੀ ਆ ਪਾ ਕੇ ਖਾਓ, ਜੋ ਵੀ ਮਿਕਸ ਕਰਨਾ ਕਰੋ। ਆ ਦੇਖੋ ਜੀ, ਹਾਂਜੀ ਅੱਜ ਦੀ ਮੇਰੀ ਵੀਡੀਓ ਮੱਕੀ ਦੇ ਮੁਰਮੁਰੇ ਬਣਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਿਆ, ਵਧੀਆ ਲੱਗਾ ਤਾਂ ਤੁਸੀਂ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਚਲੋ ਠੀਕ ਆ ਜੀ, ਅਗਲੀ ਵੀਡੀਓ